ਕੈਨੇਡਾ ਦੀ ਗੱਲ ਹੈ ਹਮੇਸ਼ਾ ਜਿਹੜਾ ਵੀ ਇਨਟੇਕ ਆਂਦਾ ਹੈ ਉੱਥੇ ਲਗਾਤਾਰ ਪਹਿਲਾਂ ਤੋਂ ਹੀ ਸੀਟਸ ਫੁੱਲ ਹੋ ਜਾਂਦੀਆਂ ਨੇ ਅਕਸਰ ਹੁਣ ਆਪਾਂ ਜੇ ਗੱਲ ਕਰੀਏ ਸੈਪਟੈਂਬਰ ਇਨਟੇਕ ਤਾਂ অলਮੋਸਟ ਫੁੱਲ ਹੈ ਜਨਵਰੀ ਦੇ ਲਈ ਵੀ ਖੂਬ ਲਾਈਨਾਂ ਜੋ ਹੈ ਆਲਰੇਡੀ ਲੱਗੀਆਂ ਵੀ ਹੋਈਆਂ ਤੇ ਸਟੂਡੈਂਟਸ ਬਹੁਤ ਟਰਾਈ ਵੀ ਕਰ ਰਹੇ ਨੇ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਜਨਵਰੀ ਇਨਟੇਕ ਛੋਟਾ ਇਨਟੇਕ ਹੁੰਦਾ ਹੈ ਪਰ ਕੀ ਹਲੇ ਵੀ ਚੰਗੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਨੇ ਕਿ ਗਵਰਨਮੈਂਟ ਕਾਲਜੇਸ ਵਿੱਚ ਹਲੇ ਵੀ ਸੀਟਸ ਅਵੇਲੇਬਲ ਨੇ ਜਿੱਥੇ ਤੁਸੀਂ ਅਪਲਾਈ ਕਰੋ ਤੇ ਤੁਹਾਨੂੰ ਸੀਟ ਵੀ ਮਿਲ ਸਕੇ ਵੀਜ਼ਾ ਵੀ ਤੁਹਾਨੂੰ ਮਿਲ ਸਕੇ ਸੋ ਕਾ ਅੱਜ ਕਰਨ ਜਾ ਰਹੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸੇਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਗਾਲਾਪਾ ਜੀ ਕਰ ਰਹੇ ਆ ਕੈਨੇਡਾ ਦੀ ਹੀ ਤਾਂ ਸਪਟੰਬਰ ਇਨਟੇਕ ਤਾਂ অলਮੋਸਟ ਫੁੱਲ ਹੋ ਚੁੱਕਿਆ ਹੈ ਵੀਜ਼ਾ ਵੀ ਲੱਗ ਕੇ ਆਣੇ ਸ਼ੁਰੂ ਹੋ ਰਹੇ ਨੇ ਸਟੂਡੈਂਟਸ ਦੇ ਪਰ ਆਪਾਂ ਨਾਲ ਦੀ ਨਾਲ ਜਨਵਰੀ ਇਨਟੇਕ ਤੇ ਫੋਕਸ ਕਰੀਏ ਜਨਵਰੀ 2024 ਤੇ ਛੋਟਾ ਇਨਟੇਕ ਹੈ ਪਰ ਆਪਸ਼ਨਸ ਦੇ ਪੁਆਇੰਟ ਆਫ 뷰 ਤੋਂ ਕੀ ਕਹਿਣਾ ਚਾਹੋਗੇ ਕਿ ਸਟੂਡੈਂਟਸ ਹਲੇ ਵੀ ਅਪਲਾਈ ਕਰੇ ਕਿਉਂਕਿ ਸਟੂਡੈਂਟ ਚਾਹੁੰਦਾ ਹੈ ਗਵਰਨਮੈਂਟ ਕਾਲਜ ਵਿੱਚ ਹੀ ਸਾਡੀ ਐਡਮਿਸ਼ਨ ਹੋ ਸਕੇ ਕਿੰਨਿਆ ਕੋ ਆਪਸ਼ਨਸ ਅਵੇਲੇਬਲ ਨੇ ਹਲੇ ਵੀ ਹਰ ਜੋ ਦੇਖੋ ਜਨਵਰੀ ਦੇ ਵਾਸਤੇ ਹਜੇ 80% ਮੈਂ ਤੁਹਾਨੂੰ ਕਾਲਜਿਸ ਦੇ ਸਕਦੀਆਂ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਪ੍ਰੋਗਰਾਮ ਦੇ ਸਕਦੀਆਂ no doubt ਕੁਝ ਪਾਰਟिकुलर ਪ੍ਰੋਗਰਾਮਸ ਨਹੀਂ ਮਿਲ ਸਕਦੇ ਆ ਬਟ ਮੈਕਸਿਮਮ ਪ੍ਰੋਗਰਾਮ ਹਜੇ ਜਿਹੜੇ ਸਟੂਡੈਂਟਸ ਬਿਲਕੁਲ ਇਮੀਡੀਏਟ ਜਿਹੜੇ ਅਪਲਾਈ ਕਰ ਸਕਦੇ ਆ ਰੀਜ਼ਨ ਬੀਇੰਗ ਹਰ ਡੇਲੀ ਦੇ ਹਿਸਾਬ ਨਾਲ ਸੀਟਾਂ ਭਰਦੀਆਂ ਖਾਲੀ ਇੰਡੀਆ ਜਾਂ ਪੰਜਾਬ ਨਹੀਂ ਪੂਰੇ ਆਲਓਵਰ ਵਰਲਡ ਤੋਂ ਐਪਲੀਕੇਸ਼ਨ ਜਾਂਦੀ ਹੈ ਕਾਲਜ ਸਮਝੋ ਇੱਕ ਹੈ ਉਹਦੇ ਕੋਲ ਆਲਓਵਰ ਵਰਲਡ ਤੋਂ ਐਪਲੀਕੇਸ਼ਨ ਜਾ ਰਹੀ ਹੈ ਔਰ ਜਿਹੜਾ ਕੋਰਸ ਸਭ ਤੋਂ ਜ਼ਿਆਦਾ ਡਿਮਾਂਡ ਚ ਹੋਏਗਾ ਸਾਰਿਆਂ ਨੂੰ ਪਤਾ ਉਹ ਬਹੁਤ ਜਲਦੀ ਭਰਦਾ ਹੈ ਤੇ ਇਹਨਾਂ ਨੂੰ ਟਾਈਮ ਸੀਨ ਹੁਣੇ ਮੈਂ ਮੇਰੇ ਕੋਲ ਅਪਡੇਟ ਆਈ ਹੈ ਕੀ ਹਨਾ ਮੇ 24 ਤੱਕ ਪਹੁੰਚ ਗਿਆ ਨਰਸਿੰਗ ਦਾ ਇੱਕ ਪ੍ਰੋਗਰਾਮ ਹੈ ਤੇ ਤੁਹਾਨੂੰ ਜਿਹੜਾ ਕੋਰਸ ਦੇਖ ਕੇ ਜੇ ਤੁਸੀਂ ਪਾਰਟਿਕੂਲਰ ਕੋਰਸ 'ਚ ਜਾਣਾ ਉਹਦੀ ਜਰੂਰ ਆਫਰ ਲੈਟਰ ਪਹਿਲੇ ਹੀ ਅਰੇਂਜ ਕਰਕੇ ਰੱਖ ਲੋ ਤੁਸੀਂ ਸੋਚੋਗੇ ਮੈਂ ਹਜੇ ਆਇਲਸ ਕਰ ਲਾਂ ਮੈਂ ਇਹ ਕਰ ਲਾਂ ਤੇ ਹਜੇ ਆਫਰ ਲੈਟਰ ਬਾਅਦ 'ਚ ਦੇਖਾਂਗੇ ਜਦ ਤੱਕ ਸੀਟ ਖਤਮ ਹੋ ਗਈ ਹੋਏਗੀ ਦੈਨ ਯੂ ਹੈਵ ਟੂ ਕੰਪਰੋਮਾਈਜ਼ ਵਿਦ ਥੇਅਰ ਕੋਰਸ ਜੇ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ ਪਾਰਟਿਕੂਲਰ ਕੋਰਸ 'ਚ ਜਾਣਾ देन डोंट वेट ਔਰ ਤੁਸੀਂ ਇਮੀਡੀਏਟ ਅਪਲਾਈ ਕਰੋ ਸਾਡੇ ਕੋਲ ਯੂਰਪ ਚ ਇਦਾਂ ਦੀ ਯੂਨੀਵਰਸਿਟੀ ਆਉਂਦੀਆਂ ਜਿਨ੍ਹਾਂ ਦਾ ਸਾਲ ਸਾਲ ਪਹਿਲੇ ਕੋਰਸ ਖਤਮ ਹੋ ਜਾਂਦਾ ਬੱਚੇ ਬਿਲਕੁਲ ਫੋਕਸਡ ਹੁੰਦੇ ਆਂ ਔਰ ਇਮੀਡੀਏਟ ਉਹ ਅਪਲਾਈ ਕਰ ਲੈਂਦੇ ਤੇ ਕੈਨੇਡਾ ਇਹ ਨਾ ਸਮਝੋ ਕਿ ਜਦ ਮਰਜ਼ੀ ਅਪਲਾਈ ਕਰ ਲਾਂਗੇ ਤਾਂ ਸਾਨੂੰ ਮਿਲ ਜਾਏਗਾ ਉੱਥੇ ਕਾਲਜਿਸ ਆਲਰੇਡੀ ਮੇਰਾ ਆਪਣਾ ਰਿਲੇਟਿਵ ਵੀ ਕਾਲਜ ਚ ਲੱਗਿਆ ਹੋਇਆ ਉਹ ਕਹਿੰਦਾ ਕਿ 60000 ਅਪਲੀਕੇਸ਼ਨ ਸਾਡੇ ਕੋਲ ਇਸ ਟਾਈਮ ਐਕਸਟਰਾ ਆ ਚੁੱਕੀਆਂ ਓਕੇ ਤੇ ਇੰਨਾ ਜਿਆਦਾ ਓਵਰਫਲੋ ਜਦ ਤੁਹਾਨੂੰ ਸੀਟ ਮਿਲ ਰਹੀ ਹੈ ਇਮੀਡੀਏਟ ਤੁਸੀਂ ਅਪਲਾਈ ਕਰਕੇ ਤੁਸੀਂ ਲੈ ਸਕੋ ਬਈ ਜੀ 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 ਠੀਕ ਹੈ ਸੋ ਮੈਮ ਆਪਾਂ ਆਲਰੇਡੀ ਜਨਵਰੀ ਟੈਕ ਦੀ ਜਿਵੇਂ ਗੱਲ ਕਰ ਰਹੇ ਹਾਂ ਤਾਂ ਮੈਂ ਇੱਥੇ ਗੱਲ ਕਰਨਾ ਜ਼ਰੂਰ ਚਾਹੂੰਗੀ ਨਵੇਂ ਰੂਲਸ ਐਪਲੀਕੇਬਲ ਹੋਣ ਤੋਂ ਬਾਅਦ ਕੀ ਲੱਗਦਾ ਹੈ ਕਿ ਐਸਜੀਐਸ ਵਿੱਚ ਹੀ ਜ਼ਿਆਦਾ ਰਸ਼ ਵੇਖਣ ਨੂੰ ਮਿਲੇਗਾ ਜਾਂ ਫਿਰ ਨੌਨ ਐਸਜੀਐਸ ਵਾਲੇ ਵੀ ਚੰਗੇ ਰਿਜ਼ਲਟ ਦੀ ਉਮੀਦ ਨਾਲ ਅਪਲਾਈ ਕਰਦੇ ਨਜ਼ਰ ਆਣਗੇ ਕਿਉਂਕਿ 10 ਅਗਸਤ ਤੋਂ ਪਹਿਲਾਂ ਤੱਕ ਨੌਨ ਐਸਜੀਐਸ ਵਿੱਚ ਬਹੁਤ ਚੰਗੇ ਵੀਜ਼ਾ ਲੱਗੇ ਦੇਖੇ ਨੇ ਆਪਾਂ ਕੈਨੇਡਾ ਨੇ ਖੁੱਲਾ ਵੈਲਕਮ ਕੀਤਾ ਨੌਨ ਐਸਜੀਐਸ ਪ੍ਰੋਫਾਈਲਸ ਨੂੰ ਵੀ ਪਰ ਜਦੋਂ ਨਵੇਂ ਅਪਡੇਟਸ ਆ ਗਏ ਨੇ ਕੀ ਉਸ ਤੋਂ ਬਾਅਦ ਜ਼ਿਆਦਾ ਪ੍ਰਾਇੋਰਟੀ ਐਸ ਫਾਈਲ ਨੂੰ ਦਿੱਤੀ ਜਾਏਗੀ ਹਰ ਜੋ ਦੱਸਦਾ ਕਿ ਜਿਹੜੇ ਪ੍ਰੋਫਾਈਲ ਨੋ ਡਾਊਟ ਅੱਛੇ ਹੋਣਗੇ ਉਹਨਾਂ ਨੂੰ ਫਰਸਟ ਪ੍ਰਾਇੋਰਟੀ ਹਰ ਜਗ੍ਹਾ ਰਹਿੰਦੀ ਹੈ ਬਟ ਹੁਣ ਨੋਨ ਐਸ ਡੀ ਐਸ ਵਾਲਾ ਬੱਚਾ ਕੱਟ ਰਹਿ ਜਾਏਗਾ ਕਿਉਂਕਿ ਹੁਣ ਇਹਨਾਂ ਨੇ ਓਵਰ ਆਲ 6 ਕਰਤੇ ਆ ਜੀ ਇਕਨੋਮੀ ਚ ਕੁਛ ਰੈਸੈਸ਼ਨ ਹੈ ਇਹ ਮੰਨ ਲਓ ਉਹ ਬੱਚਿਆਂ ਵਾਸਤੇ ਇੱਕ ਪਿਕ ਅਪ ਪੁਆਇੰਟ ਬਣ ਜਾਂਦਾ ਜੇ ਕੋਈ ਚੀਜ਼ ਸਮਝੋ ਕਿਸੇ ਜਗ੍ਹਾ ਕੋਈ ਕਮੀ ਆਈ ਹੈ ਉਹ ਆਪਣੀ ਇਕਨੋਮੀ ਨੂੰ ਬੂਸਟ ਅਪ ਕਰਨ ਵਾਸਤੇ that means ਇਨਾ ਨੇ ਜਿਹੜਾ ਇਹ ਪ੍ਰੋਗਰਾਮ ਖੋਲਤਾ ਓਵਰ ਆਲ ਬੱਚਿਆਂ ਨੂੰ ਲੈਣ ਲੱਗੇ that means ਵੀਜ਼ਾ ਬਹੁਤ ਜ਼ਿਆਦਾ ਦੇਣਗੇ ਔਰ ਉਸ ਚੀਜ਼ ਦਾ ਬੈਨੀਫਿਟ ਜਿਹੜਾ ਸਟੂਡੈਂਟਸ ਨੂੰ ਮਿਲਣ ਵਾਲਾ ਹੈ ਵੀਜ਼ਾ ਜ਼ਿਆਦਾ ਆਏਗਾ ਉਹ ਨਾਨ ਐਸਡੀਐਸ ਦਾ ਮਤਲਬ ਕਿ 5.5 ਬੈਂਡ ਵਾਲਾ ਬੱਚਾ ਓਵਰ ਆਲ ਉਹ ਘਟ ਹੋਏਗਾ ਨਾ ਕਿਉਂਕਿ 6th ਬੈਂਡ ਓਵਰ ਆਲ ਤੇ ਬੱਚਾ ਲੈ ਕੇ ਕੈਨੇਡਾ ਅਪਲਾਈ ਕਰਦਾ ਹੀ ਆ ਔਰ ਜਸਟ 6th ਬੈਂਡ ਓਵਰ ਆਲ ਕਰਤਾ ਤੇ ਉਹਨਾਂ ਨੇ ਕੋਈ ਲਿਮਿਟ ਨਹੀਂ ਲਗਾਈ ਕੀ ਇੰਡੀਵਿਜੂਅਲ ਮੋਡਿਊਲ ਦੀ ਐਦਾਂ ਹੀ ਪੀਟੀ ਦਾ 60 ਕਾਟਦਾ ਇੰਡੀਵਿਜੂਅਲ ਉਹਨਾਂ ਨੇ ਕੋਈ ਉਹਨਾਂ ਨੇ ਲਿਮਿਟ ਨਹੀਂ ਲਗਾਈ ਤੇ ਵੀਜ਼ਾ ਚਾਂਸਸ ਵੀ ਜ਼ਿਆਦਾ ਹੋਣਗੇ ਨੰਬਰ ਆਫ ਵੀਜ਼ਾਸ ਵੀ ਜ਼ਿਆਦਾ ਹੋਣਗੇ ਨਾਨ ਐਸਡੀਐਸ ਵਾਲੇ ਬੱਚੇ ਕੱਟੋਂਗੇ ਕਿਉਂਕਿ ਓਵਰਆਲ 6 ਇਹਨਾਂ ਨੇ ਕਰਕੇ ਉਹ ਜਿਹੜੀ ਲਿਮਿਟ ਹਟਾਤੀ ਹੈ ਕਿ ਇੰਡੀਵਿਜੂਅਲ ਬੈਂਡ ਵਾਲੀ ਜਿਹੜੀ ਆ ਹੁਣ ਨਾਨ ਐਸਡੀਐਸ ਦੀ ਜੇ ਆਪਾਂ ਗੱਲ ਕਰੀਏ 댓 ਮੀਨਸ ਕਿ 6 ਬੈਂਡ ਵਾਲਾ ਤੇ ਐਸਡੀਐਸ ਚ ਜਾ ਰਿਹਾ ਤਾਂ 댓 ਮੀਨਸ 5.5 ਬੈਂਡ ਵਾਲਾ 5.5 ਬੈਂਡ ਵਾਲਾ ਅਪਲਾਈ ਕਰ ਸਕਦਾ ਕਿਉਂਕਿ ਆਲਰੇਡੀ ਉਹਨਾਂ ਨੇ ੰਨੀ ਫਾਈਲਾਂ ਹੋ ਜਾਣੀਆਂ ਮੈਨੂੰ ਲੱਗਦਾ ਪ੍ਰੈਫਰੈਂਸ ਉਹਨਾਂ ਨੂੰ ਮਿਲੇਗੀ ਹੂੰ ਬਿਲਕੁਲ ਸੋ ਜ਼ਰੂਰ ਸਟੂਡੈਂਟਸ ਨੇ ਇਹਨਾਂ ਗੱਲਾਂ ਵੱਲ ਵੀ ਧਿਆਨ ਜ਼ਰੂਰ ਦੇਖਣਾ ਹੈ ਸੋ ਮੈਮ ਆਪਾਂ ਜਨਵਰੀ ਟੇਕ ਦੀ ਜਿਵੇਂ ਗੱਲ ਕਰ ਰਹੇ ਹਾਂ ਲਾਸਟ ਕਦੋਂ ਤੱਕ ਸਟੂਡੈਂਟਸ ਨੂੰ ਅਪਲਾਈ ਕਰ ਦੇਣਾ ਚਾਹੀਦਾ ਕਿਉਂਕਿ ਅਸੀਂ ਦੇਖ ਰਿਹਾ ਕਿ ਰਸ਼ ਲਗਾਤਾਰ ਫਾਈਲਿੰਗ ਦਾ ਬਹੁਤ ਜ਼ਿਆਦਾ ਵਧ ਰਿਹਾ ਜਿੱਥੇ ਵੀ ਜਿਸ ਵੀ ਕੰਸਲਟੈਂਟ ਨਾਲ ਆਪਾਂ ਗੱਲ ਕਰਦੇ ਆ ਤੁਸੀਂ ਇਸ ਉੱਪਰ ਕੀ ਕਹੋਗੇ ਸਟੂਡੈਂਟਸ ਨੂੰ ਵੇਅਰ ਕਰਨ ਦੀ ਗੱਲ ਹੈ ਕਿ ਅਗਰ ਜਨਵਰੀ ਟੇਕ ਕਦੋਂ ਤੱਕ ਅਪਲਾਈ ਕਰ ਦੇਣ ਪੂਰੀ ਤਿਆਰੀ ਦੇ ਨਾਲ ਦੇਖੋ ਜਨਵਰੀ ਵਸਤੇ ਮੈਂ ਤੁਹਾਨੂੰ ਇਹ ਹੀ ਕਿਹਾ ਕਿ ਸੀਟਾਂ ਇਹ ਡਿਪੈਂਡ ਕਰਦਾ ਹੈ ਕਿ ਕਿਹੜੇ ਕਾਲਜ ਦੀ ਸੀਟ ਕਿੰਨੀ ਸੀਟਾਂ ਕਿਹੜੇ ਪ੍ਰੋਗਰਾਮਸ ਦੀ ਖਤਮ ਹੋ ਗਈਆਂ ਮੰਨ ਲਓ ਇੱਕ ਬੱਚੇ ਨੇ ਜਾਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਕਹਿੰਦਾ ਮੈਂ ਪਾਰਟਿਕੂਲਰ ਕਾਲਜ ਚ ਜਾਣਾ ਉਹਦੀ ਸੀਟ ਖਤਮ ਹੋ ਗਈ ਜਾਂ ਮੈਂ ਟੋਰਾਂਟੋ ਜਾਣਾ ਹੈ ਮਤਲਬ ਉੱਥੇ ਸੀਟ ਨਹੀਂ ਹੈ ਤੇ ਦੈਨ ਹੀ ਹੈਵ ਟੂ ਕੰਪਰੋਮਾਈਜ਼ ਵਿਦ ਯੂ نو ਬ੍ਰਿਟਿਸ਼ ਕੋਲੰਬੀਆ ਜਾਂ ਫਿਰ ਐਡਮਿੰਟਨ ਚ ਜਿੱਥੇ ਵੀ ਮਿਲ ਰਹੀ ਹੈ ਉਹਨੂੰ ਸੀਟ ਉੱਥੇ ਉਹਨੂੰ ਮਤਲਬ ਇਹ ਚੀਜ਼ਾਂ ਥੋੜੀ ਜਿਹੀ ਕੰਪਰੋਮਾਈਜ਼ ਹੋਣਗੀਆਂ ਬਟ ਜਿਹੜੇ ਕਾਲਜ ਚ ਸਮਝੋ ਉਹਨੇ ਜਾਣਾ ਹੀ ਸੌਰੀ ਆਥਰ ਇਨਟੋ ਅਨਟਾਰੀਓ ਹੈ ਤੇ ਉਹ ਇਮੀਡੀਏਟ ਅਪਲਾਈ ਕਰ ਲੈਣ ਮੇਰੇ ਖਾਲ ਵਿਦਨ 1 ਵੀਕ ਜਾਂ 10 ਡੇਸ ਅਪਲਾਈ ਕਰ ਲੈਣ ਉਹਦੇ ਬਾਅਦ ਸੀਟਾਂ ਬਹੁਤ ਕੰਪਰੋਮਾਈਜ਼ ਹੁੰਦਾ ਹੈ ਸੀਟਾਂ ਦਾ ਹਰ ਕਾਲਜ ਦੇ ਵਿੱਚ ਇੱਕ ਲਿਮਿਟਿਡ ਨੰਬਰ ਆਫ ਸੀਟ ਹੁੰਦੀ ਹੈ ਜਿਹਦੇ ਵਿੱਚ ਆਲ ਓਵਰ ਵਰਲਡ ਤੋਂ ਬੱਚਾ ਅਪਲਾਈ ਕਰਦਾ ਥੈਨ ਯੂ ਆਰ ਨਾਟ ਦਾ ਚੂਜ਼ਰ ਜੇ ਲਾਸਟ ਆਂਦੇ ਹੋ ਥੈਨ ਯੂ ਆਰ ਦਾ ਬੈਗਰ ਹੈ ਨਾ ਕਿਉਂਕਿ ਚੂਜ਼ਰ ਆਪਾਂ ਕਾਦ ਹੁੰਨੇ ਆ ਕਿ ਜਦ ਆਪਣੇ ਹਿਸਾਬ ਨਾਲ ਟਾਈਮ ਸਿਰ ਆਪਾਂ ਹਰ ਚੀਜ਼ ਕਰਦੇ ਆ ਔਰ ਬੈਗਰ ਕਾਦ ਹੋ ਜਾਂਦੇ ਕਿ ਆਪਣੇ ਹਿਸਾਬ ਨਾਲ ਨਹੀਂ ਮਿਲ ਰਹੀ ਦੈਨ ਵੀ ਹੈਵ ਟੂ ਕੰਪਰੋਮਾਈਜ਼ ਔਰ ਕੰਪਰੋਮਾਈਜ਼ ਕਰਕੇ ਦੈਨ ਵੀ ਹੈਵ ਟੂ ਸਿਲੈਕਟ ਵਾਟਐਵਰ ਵੀ ਆਰ ਗੈਟਿੰਗ ਐਂਡ ਆਫਟਰ ਦੈਟ ਵੀ ਆਰ ਅਪਲਾਈਂਗ ਫॉर ਦੈਟ ਕੋਰਸ ਜੀ 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 ਬਿਲਕੁਲ ਸਟੂਡੈਂਟਸ ਹੋਰ ਦ ਜ਼ਰੂਰ ਬਾਰੇ ਜੇ ਤੁਸੀਂ ਜਲਦੀ ਫਾਈਲ ਅਪਲਾਈ ਕਰਦੇ ਹੋ ਜਲਦੀ ਸਾਰਾ ਕੁਝ ਕਰ ਲੈਂਦੇ ਹੋ ਕਿਉਂਕਿ ਮੈਂ ਤੁਹਾਨੂੰ ਦੱਸਿਆ ਇੱਕ ਇਹਨਾਂ ਦਾ ਵੀ ਇੱਕ ਨੰਬਰ ਹੈ ਇੰਨਾ ਹੀ ਨੰਬਰ ਹੈ ਉਸ ਤੋਂ ਐਕਸੀਡ ਨਹੀਂ ਕਰਨਾ ਹੈ ਜੇ ਆਪਣਾ ਜਲਦੀ ਹੋਇਆ ਹੁੰਦਾ ਤੇ ਆਪਣੇ ਵੀਜ਼ਾ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਲਾਸਟ ਵਿੱਚ ਉਹਨਾਂ ਦੇ ਟਾਰਗੇਟ ਪੂਰੇ ਹੋ ਗਏ ਹੁੰਦੇ ਫਿਰ ਬਹੁਤ ਪ੍ਰੋਬਲਮ ਆਉਂਦੀ ਜੀ ਬਿਲਕੁਲ ਸੋ ਲਾਸਟ ਮੂਮੈਂਟ ਤੇ ਅਪਲਾਈ ਨਾ ਕਰੋ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਵੇ ਟਾਈਮਲੀ ਸਹੀ ਕੋਰਸ ਤਾਂ ਹੀ ਤੁਹਾਨੂੰ ਮਿਲ ਸਕੇਗਾ ਜੇਕਰ ਤੁਸੀਂ ਟਾਈਮ ਲਿਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋਗੇ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਜ਼ਰੂਰ ਕਰਾਓ ਤਾਂ ਕਿ ਰਾਈਟ ਆਪਸ਼ਨ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦੇ ਤੁਸੀਂ ਚੂਸ ਕਰ ਸਕੋ ਸੋ ਕੋਈ ਡਾਊਟ ਹੈ ਤੁਹਾਡਾ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਾਂ ਜਨਵਰੀ ਇੰਟੈਕ ਅਪਲਾਈ ਕਰਨਾ ਚਾਹੁੰਦੇ ਹੋ ਉਸ ਨੂੰ ਲੈ ਕੇ ਕੋਈ ਸਵਾਲ ਨਹੀਂ ਤਾਂ ਜਿਹੜਾ ਨੰਬਰ ਹੈ ਨੈਵੀਗੇਟਰਸ ਓਵਰਸੀਜ਼ ਹੈ ਇਸ ਉੱਪਰ ਤੁਸੀਂ ਕਾਲ ਕਰਕੇ ਵੀ ਹੋ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਡਾਕੂਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਹੋਵੇ ਤੁਹਾਨੂੰ ਸਹੀ ਚੀਜ਼ਾਂ ਟਾਈਮਲੀ ਜੋ ਹੈ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਤੁਹਾਡਾ ਕਿ ਤੁਸੀਂ ਜਨਵਰੀ ਇਨਟੈਕ ਨੂੰ ਲੈ ਕੇ ਔਰ ਸਟੂਡੈਂਟਸ ਕਿਵੇਂ ਟਾਈਮਲੀ ਅਪਲਾਈ ਕਰਨ ਉਸ ਨੂੰ ਲੈ ਕੇ ਵੀ ਚੀਜ਼ਾਂ ਕਲੀਅਰ ਕੀਤੀਆਂ ਸਟੂਡੈਂਟਸ ਨੂੰ ਤੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਕੋਈ ਸਵਾਲ ਹੋਰ ਹੋਵੇ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਜਲਦੀ ਹੀ ਮਿਲਾਂਗੇ ਇੱਕ ਹੋਰ ਇਨਫੋਰਮੇਟਿਵ ਵੀਡੀਓ ਦੇ ਨਾਲ ਟਿਲ ਦੈਨ 纽 ਟੇਕ ਕੇਅਰ ਫੀਅਰ ਸੈਲਫ ਥੈਂਕ ਯੂ ਸੋ ਮੱਚ